ਇਹ ਉਹ ਪੰਜਾਬ ਹੈ ਜਿੱਥੇ ਮੁਰਦੇ ਪੈਨਸ਼ਨ ਲੈਂਦੇ ਰਹੇ, ਜਿੱਥੇ ਚੰਗੀਆਂ ਭਲੀਆਂ ਔਰਤਾਂ ਉਹਨਾਂ ਨੂੰ ਵਿਧਵਾ ਵਿਖਾਇਆ ਗਿਆ ਉਹ ਪੈਨਸ਼ਨ ਲੈਂਦੀਆਂ ਰਹੀਆਂ, ਚੰਗੇ ਭਲੇ ਜਿਹੜੇ ਲੋਕ ਘਰਾਂ ਦੇ ਹੈਗੇ ਨੇ ਬੁਢਾਪਾ ਪੈਨਸ਼ਨ ਉਹ ਲੈਂਦੇ ਰਹੇ, ਮਤਲਬ ਜਿਨ੍ਹਾਂ ਦੇ ਨਿਆਣੇ ਚੰਗੇ ਸੈਟਲ ਨੇ ਉਹ ਵੀ ਪੈਨਸ਼ਨ ਲੈਂਦੇ ਰਹੇ। ਪੰਜਾਬ ਹੈ ਜਿੱਥੇ ਸਕੂਲਾਂ ਦੇ ਵਿੱਚ ਟੀਚਰਾਂ ਨਹੀਂ, ਉਹ ਪੰਜਾਬ ਹੈ ਜਿੱਥੇ ਮੰਤਰੀ ਦਰਖਤ ਕਟਾਉਣ ਦੇ 500-500 ਰੁਪਏ ਲੈਂਦੇ ਰਹੇ, ਅਤੇ ਉਹ ਪੰਜਾਬ ਹੈ ਜਿੱਥੇ ਟਰੀ ਗਾਰਡ ਲਵਾਉਣ ਦੇ ਮੰਤਰੀ 2500-2500 ਰੁਪਏ ਲੈਂਦੇ ਰਹੇ। ਵੀ ਬੂਟਾ ਕਿੰਨੇ ਦਾ? 500 ਦਾ, ਅਤੇ ਟਰੀ ਗਾਰਡ ਲਵਾਉਣਾ 2500 ਦਾ। ਹੁਣ ਦੇਖੋ ਹਰੇ ਪਰਦੇ ਲਾ ਕੇ ਕਿੰਨਾ ਹੋਟਲ ਬਣਾਈ ਜਾਂਦੇ, ਬਿਲਡਿੰਗ ਸੀਲ ਬਾਹਰੋਂ, ਅਤੇ ਅੰਦਰ ਦਾ ਕੰਮ ਚੱਲੀ ਜਾਂਦਾ। ਵੀ ਨਜਾਇਜ਼ ਲੱਖਾਂ ਰੁਪਏ ਉਸਾਰੀ ਵਾਸਤੇ ਲੈਂਦੇ ਨੇ। ਅਸੀਂ ਨਹੀਂ ਕਹਿੰਦੇ, ਇਹਨਾਂ ਦੇ MLA ਨੇ ਲਾਈਵ ਹੋ ਕੇ ਆਮ ਆਦਮੀ ਪਾਰਟੀ ਨੇ ਲੱਭ ਕੇ MLA ਬਣਾਇਆ ਸੀ 2022 ਦੇ ਵਿੱਚ, ਚੁਣ ਕੇ ਟਿਕਟ ਦਿੱਤੀ ਸੀ ਉਹਨਾਂ ਨੂੰ। ਇਹਦੇ ਆਪ ਨਾਲ ਲੜ ਜਾਂਦੇ, ਸਾਡਾ ਮਾਲ ਕਹਿੰਦੇ ਦਿਓ ਸਾਨੂੰ। ਅੱਜ ਭਗਵੰਤ ਮਾਨ ਸਾਹਿਬ ਵੀ ਕਹਿੰਦੇ, ਕਹਿੰਦੇ ਮੈਂ ਤਾਂ ਕਿਰਾਏ 'ਤੇ ਘਰ ਲੈ ਸਕਦਾ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹੈਗੇ, 131 ਮਰਲੇ ਦਾ ਘਰ। ਸਵਾਲ ਫਿਰ ਉਹ ਇਹ ਕਿ ਇਹ ਇਕੱਲੀ ਜ਼ਮੀਨ ਹੈ ਜਿਹਦੇ ਉੱਤੇ ਕਬਜ਼ਾ ਕੀਤਾ? ਇੱਥੇ ਤਾਂ ਬਹੁਤ ਸਾਰੇ ਦਰਿਆਵਾਂ ਦੇ ਕੋਲ ਉੱਥੇ ਕਬਜ਼ੇ, ਕਿੱਥੇ ਕਬਜ਼ੇ ਨਹੀਂ ਹੈ? ਫਿਰ ਹੜ੍ਹ ਆ ਜਾਂਦੇ ਨੇ, ਕਿਉਂਕਿ ਜਿੱਥੋਂ ਦਰਿਆ ਬਰਸਾਤ ਦੇ ਵਿੱਚ ਦੇਖੋ ਜਿੱਥੋਂ ਪਾਣੀ ਲੰਘਦਾ ਨਾ, ਉੱਥੇ ਤਾਂ ਕਬਜ਼ੇ ਕਰ ਲਏ ਇਹਨਾਂ ਨੇ। ਲੀਡਰਾਂ ਨੇ ਕਬਜ਼ੇ ਕੀਤੇ ਜਾਂ ਅਫਸਰਾਂ ਨੇ ਕਬਜ਼ੇ? ਨਾ ਤੁਸੀਂ ਕੀਤਾ ਨਾ ਮੈਂ ਕੀਤਾ। ਹੁਣ ਦੇਖੋ ਬਰਸਾਤਾਂ ਹੋਣੀਆਂ, ਫਿਰ ਹੜ੍ਹ ਆਉਣੇ, ਫਿਰ ਇਹਨਾਂ ਚੀਕਾਂ ਮਾਰਨੀਆਂ। ਇਹਦਾ ਮਤਲਬ ਨਸ਼ੇ ਦੇ ਸੌਦਾਗਰ ਸਰਕਾਰਾਂ, ਪੁਲਿਸ ਅਤੇ ਐਡਮਿਨਿਸਟ੍ਰੇਸ਼ਨ ਤੋਂ ਜ਼ਿਆਦਾ ਤਾਕਤਵਰ ਹੈ। ਚਿੱਟਾ ਤਾਂ ਹੀ ਆ ਰਿਹਾ ਨਾ, ਕਿਸ ਤਰ੍ਹਾਂ ਆਮ ਬੰਦੇ ਨੂੰ ਜਿਹੜਾ ਪੀਂਦਾ ਉਹਨੂੰ ਪਤਾ ਵੀ ਕਿੱਥੋਂ ਚਿੱਟਾ ਮਿਲਣਾ ਅਤੇ ਕਿੰਨੇ ਦੀ ਪੀੜ ਨੇ ਪੂੜੀ ਲੈਣੀ ਹੈ। ਅਤੇ ਇਹੋ ਜਿਹੇ ਦੜੇ ਸਿੱਟੇ ਕਾਰੋਬਾਰ ਹੀ ਜੇ ਜਿਹਨਾਂ ਦੀ ਰੋਜ਼ ਦੀ ਕਲੈਕਸ਼ਨ ਕਰੋੜਾਂ ਰੁਪਏ ਹੈ। ਅੰਮ੍ਰਿਤਸਰ ਦੇ ਵਿੱਚ ਵੀ ਦੜਾ ਸਿੱਟਾ ਕਾਰੋਬਾਰ ਹੀ ਜਾਏਗਾ ਜਿਹਦੀ ਤੁੱਤੀ ਬੋਲਦੀ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ, ਤਾਂ ਦੀਪਕ ਭੰਡਾਰੀ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਸਾਡੇ ਨਾਲ ਮੌਜੂਦ ਹਨ ਪੱਤਰਕਾਰ ਦੀਪਕ ਭੰਡਾਰੀ ਜੀ। ਭੰਡਾਰੀ ਜੀ, ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਨਮਸਕਾਰ। ਭੰਡਾਰੀ ਜੀ, ਬੀਬੀ ਜ਼ਕੀਰ ਕੌਰ ਦੇ ਖਿਲਾਫ਼ ਹਾਈ ਕੋਰਟ ਵੱਲੋਂ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਨੇ, ਇਹ ਮਾਮਲਾ ਕੀ ਹੈ? ਦੇਖੋ ਕੌਲਿਨ, ਇਹ ਉਹ ਪੰਜਾਬ ਹੈ ਜਿੱਥੇ ਕਿ ਲੀਡਰਾਂ ਨੇ ਜ਼ਮੀਨਾਂ ਦੱਬੀਆਂ। ਅਸੀਂ ਨਹੀਂ ਕਹਿੰਦੇ, ਇਹ ਲੀਡਰ ਹੀ ਇੱਕ ਦੂਸਰੇ ਦੇ ਉੱਤੇ ਆਰੋਪ ਲਗਾਉਂਦੇ ਆ। ਇਹ ਉਹ ਪੰਜਾਬ ਹੈ ਜਿੱਥੇ 75-25 ਦਾ ਖੇਡ ਚੱਲਦਾ। ਇਹ ਉਹ ਪੰਜਾਬ ਹੈ, ਸਾਰੇ ਲੀਡਰ ਚਾਹੁੰਦੇ ਆ ਵੀ ਅਸੀਂ ਨਸ਼ਾ ਖਤਮ ਕਰਨਾ, ਦੁਹਾਈ ਵੀ ਦਿੰਦੇ ਨੇ, ਪਰ ਨਸ਼ਾ ਖਤਮ ਨਹੀਂ ਹੋ ਰਿਹਾ। ਹੁਣ ਤੁਹਾਡਾ ਮੈਂ ਪਹਿਲਾਂ ਇਹ ਸਵਾਲ ਦਾ ਜਵਾਬ ਦਿਆਂ, ਮੈਂ ਕੁਛ ਗੱਲਾਂ ਕਰਾਂ। ਇਹ ਉਹ ਪੰਜਾਬ ਹੈ ਜਿੱਥੇ ਮੁਰਦੇ ਪੈਨਸ਼ਨ ਲੈਂਦੇ ਰਹੇ, ਜਿੱਥੇ ਚੰਗੀਆਂ ਭਲੀਆਂ ਔਰਤਾਂ ਉਹਨਾਂ ਨੂੰ ਵਿਧਵਾ ਵਿਖਾਇਆ ਗਿਆ ਉਹ ਪੈਨਸ਼ਨ ਲੈਂਦੀਆਂ ਰਹੀਆਂ, ਚੰਗੇ ਭਲੇ ਜਿਹੜੇ ਲੋਕ ਘਰਾਂ ਦੇ ਹੈਗੇ ਨੇ ਬੁਢਾਪਾ ਪੈਨਸ਼ਨ ਉਹ ਲੈਂਦੇ ਰਹੇ, ਮਤਲਬ ਜਿਨ੍ਹਾਂ ਦੇ ਨਿਆਣੇ ਚੰਗੇ ਸੈਟਲ ਨੇ ਉਹ ਵੀ ਪੈਨਸ਼ਨ ਲੈਂਦੇ ਰਹੇ। ਹੁਣ ਇਹ ਉਹ ਪੰਜਾਬ ਹੈ ਜਿੱਥੇ ਅਮੀਰ ਗਰੀਬਾਂ ਦਾ ਰਾਸ਼ਨ ਖਾਂਦੇ ਰਹੇ। ਇਹ ਉਹ ਪੰਜਾਬ ਹੈ ਜਿੱਥੇ ਸਕੂਲਾਂ ਦੇ ਵਿੱਚ ਟੀਚਰਾਂ ਨਹੀਂ। ਉਹ ਪੰਜਾਬ ਹੈ ਜਿੱਥੇ ਮੰਤਰੀ ਦਰਖਤ ਕਟਾਉਣ ਦੇ 500-500 ਰੁਪਏ ਲੈਂਦੇ ਰਹੇ, ਅਤੇ ਉਹ ਪੰਜਾਬ ਹੈ ਜਿੱਥੇ ਟਰੀ ਗਾਰਡ ਲਵਾਉਣ ਦੇ ਮੰਤਰੀ 2500-2500 ਰੁਪਏ ਲੈਂਦੇ ਰਹੇ। ਵੀ ਬੂਟਾ ਕਿੰਨੇ ਦਾ? 500 ਦਾ, ਅਤੇ ਟਰੀ ਗਾਰਡ ਲਵਾਉਣਾ 2500 ਦਾ। ਹੁਣ ਤੁਸੀਂ ਦੇਖੋ, ਉਹ ਪੰਜਾਬ ਹੈ ਜਿੱਥੇ ਗਰੀਬ ਬੱਚਿਆਂ ਦੇ ਵਜ਼ੀਫੇ ਖਾ ਗਏ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਕੀ ਹੋਇਆ ਸੀਗਾ, ਜ਼ਮੀਨਾਂ ਖਾ ਗਏ, ਰੇਤ ਮਾਫੀਆ, ਸ਼ਰਾਬ ਮਾਫੀਆ ਸਭ ਚੱਲਦਾ ਇੱਥੇ। ਸਾਰੇ ਲੀਡਰ ਰਲ ਕੇ ਨਸ਼ਾ ਨਹੀਂ ਮੁਕਾ ਸਕੇ। ਵੀ ਨਸ਼ਾ ਮਾਫੀਆ ਐਡਾ ਹਾਵੀ ਹੈ, ਹਰ ਸਾਲ ਉਹੀ ਸੜਕਾਂ ਬਣਦੀਆਂ ਜਿਹੜੀਆਂ ਸੜਕਾਂ ਕਦੀ ਹੈ ਹੀ ਨਹੀਂ। ਹਰ ਸਾਲ ਕਰੋੜਾਂ ਰੁਪਏ ਟੈਲਾਂ ਦੇ ਲਾਉਣ 'ਤੇ ਖਾ ਜਾਂਦੇ ਆ, ਅਤੇ ਸਫਾਈ ਕਰਨ ਦੇ ਨਾਂ 'ਤੇ ਜਿਹੜੇ ਬਾਗਾਂ ਦੇ ਵਿੱਚ ਇਹਨਾਂ ਨੇ ਰੱਖੇ ਨਾ ਮਾਲੀ ਰੱਖਣੇ ਆ, ਜਾਂ ਬਾਗਾਂ 'ਚ ਬੂਟੀ ਕਰਾਉਣੇ, ਹਰ ਸਾਲ ਕਰੋੜਾਂ ਰੁਪਏ 'ਤੇ ਵੀ ਖਰਚ ਕਰ ਦਿੰਦੇ ਜੇ। ਵੇਖੋ, ਨਹਿਰਾਂ ਸਾਫ਼ ਕਰਨ ਦਾ 1200 ਕਰੋੜ ਰੁਪਇਆ ਖਾ ਗਏ, ਕੀ ਬਣਿਆ? ਮਾਮਲਾ ਉੱਥੇ ਹੈ। ਹੁਣ ਤੁਸੀਂ ਦੇਖੋ, ਕਈ ਅਫਸਰਾਂ ਦੀਆਂ ਵਿਜੀਲੈਂਸ ਨੇ ਉਹਨਾਂ 'ਤੇ ਕੇਸ ਚਲਾਉਣ ਦੀ ਮਨਜ਼ੂਰੀ ਮੰਗੀ ਹੈ, ਅਤੇ ਡਿਪਾਰਟਮੈਂਟ ਉਹਨਾਂ ਦੀਆਂ ਫਾਈਲਾਂ ਦੀ ਉਹ ਦਿੰਦਾ ਹੀ ਨਹੀਂ, ਕਹਿੰਦੇ ਵੀ ਨਾ ਮਨਜ਼ੂਰੀ ਨਹੀਂ ਦੇਣੀ ਹੁਣ। ਹੁਣ ਤੁਸੀਂ ਦੇਖੋ, ਹਰੇ ਪਰਦੇ ਲਾ ਕੇ ਕਿੰਨਾ ਹੋਟਲ ਬਣਾਈ ਜਾਂਦੇ, ਬਿਲਡਿੰਗ ਸੀਲ
ਬਾਹਰੋਂ ਤੇ ਅੰਦਰ ਦਾ ਕੰਮ ਚੱਲੀ ਜਾਂਦਾ ਵੀ ਨਜਾਇਜ਼ ਲੱਖਾਂ ਰੁਪਏ ਉਸਾਰੀ ਵਾਸਤੇ ਲੈਂਦੇ ਨੇ। ਅਸੀਂ ਨਹੀਂ ਕਹਿੰਦੇ ਇਹਨਾਂ ਦੇ ਐਮਐਲਏ ਨੇ ਲਾਈਵ ਹੋ ਕੇ ਆਮ ਆਦਮੀ ਪਾਰਟੀ ਨੇ ਲੱਭ ਕੇ ਐਮਐਲਏ ਬਣਾਇਆ ਸੀ 2022 ਦੇ ਵਿੱਚ ਚੁਣ ਕੇ ਟਿਕਟ ਦਿੱਤੀ ਸੀ ਉਹਨਾਂ ਨੂੰ, ਬਦਲਾਵ ਵਾਲੀ ਪਾਰਟੀ ਸੀਗੀ। ਤੇ ਜੇ ਕੋਈ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕਰ ਲੈਂਦਾ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਈ। ਇਹ ਪਹਿਲੇ ਲੀਡਰ ਨਹੀਂ ਹੈ ਜਿਨ੍ਹਾਂ ਨੇ ਕਿਸੇ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਜਾਂ ਇਹਨਾਂ ਦੇ ਖਿਲਾਫ਼ FIR ਦਰਜ ਕਰਨ ਦਾ ਹੁਕਮ ਹੋਏ ਨੇ। ਆਪੇ ਆਖਦੇ ਸੀ ਇਹ ਲੀਡਰ ਵੀ ਮੋਹਾਲੀ ਦੇ ਕੋਲ, ਚੰਡੀਗੜ੍ਹ ਦੇ ਕੋਲ ਬੇਸ਼ਕੀਮਤੀ ਜ਼ਮੀਨਾਂ 'ਤੇ ਕਬਜ਼ਾ, ਅਤੇ ਜੇ ਕਬਜ਼ਾ ਛਡਾ ਲਈਏ ਤਾਂ ਫਿਰ ਅਸੀਂ ਕਹਿੰਦੇ ਸੀ ਪੰਜਾਬ ਦਾ ਕਰਜ਼ਾ ਵੀ ਲਾਹ ਦਿਆਂਗੇ। ਜਦੋਂ ਵੇਖੋ ਨਾ ਫਿਰ ਇਹ ਕਿੱਦਾਂ ਕਹਿੰਦੇ ਵੀ ਇੱਕ ਦੂਜੇ 'ਤੇ ਆਰੋਪ ਲਗਾਉਂਦੇ, ਸਾਰੇ ਬੇਸਿਕਲੀ ਕਹਿੰਦੇ ਨਾ ਇੱਕੋ ਥੈਲੀ ਦੇ ਵੀ ਸਾਰੇ ਇੱਕੋ ਜਿਹੇ ਆ, ਕੋਈ ਨਹੀਂ। ਹੁਣ ਦੇਖੋ ਤੁਸੀਂ ਭਗਵੰਤ ਮਾਨ ਜਲੰਧਰ ਬਹਿ ਗਏ ਨੇ, ਇੱਕ ਜਿਮਨੀ ਸੀਟ ਹੈ ਜਿਤਨੀ, ਕਿੱਦਾਂ ਪੂਰਾ ਜ਼ੋਰ ਲੱਗਿਆ। ਉਹਨਾਂ ਦੀ ਧਰਮ ਪਤਨੀ ਇਹ ਵੀ ਕਹਿੰਦੀ ਹੈ ਵੀ 1000 ਰੁਪਇਆ 2024 ਤੋਂ ਪਹਿਲੇ ਅਸੀਂ ਮਹਿਲਾਵਾਂ ਨੂੰ ਦੇ ਦੇਣਾ। ਅੱਜ ਪੜ੍ਹ ਰਿਹਾ ਸੀ ਉਹਨਾਂ ਦਾ, ਉਹ ਬਈ ਤੁਸੀਂ ਨਾ ਦਿਓ ਕਿਸੇ ਨੂੰ 1000 ਨਾ ਦਿਓ 32 ਫ੍ਰੀ। ਪੰਜਾਬ ਦਾ ਜਿਹੜਾ ਹਾਲਾਤ ਹੋ ਗਿਆ ਹੈ ਉਹਨੂੰ ਰਹਿਮ ਖਾਓ ਪੰਜਾਬ ਦੇ ਉੱਤੇ। ਨੌਜਵਾਨ ਰੋਜ਼ ਮਰ ਰਿਹਾ। ਹੁਣ ਤੁਸੀਂ ਦੇਖੋ, ਹੁਣ ਇਹ ਫਿਰ ਕਹੀਦਾ ਨਾ ਅਸੀਂ ਕਹੀਦਾ ਕਿ ਮੇਰਾ ਭਾਰਤ ਮਹਾਨ, 100 ਮੇਂ ਸੇ 99 ਬੇਈਮਾਨ। ਹੁਣ ਇੱਕ ਗੱਲ ਖਬਰ ਇਸ ਕਰਕੇ ਇੰਪੋਰਟੈਂਟ ਹੋ ਗਈ ਹੈ ਕਿਉਂਕਿ ਪੁਰਾਣੀ ਖਬਰ ਹੈ, ਕਿਉਂਕਿ ਹਾਈ ਕੋਰਟ ਨੇ ਅਫਸਰਾਂ ਨੂੰ ਫਟਕਾਰ ਮਾਰੀ ਹੈ ਅਤੇ ਨਾਲ ਆਖਿਆ ਵੀ ਇਹਨਾਂ 'ਤੇ FIR ਦਰਜ ਕਰੋ। ਇਹਦੇ ਤੁਸੀਂ ਕਰਦੇ ਕਿ ਵੀ ਅਫਸਰਾਂ ਦਾ ਕੰਮ ਕੀ ਹੈ, ਜ਼ਮੀਨ ਸਰਕਾਰੀ ਜਿਹੜੀ ਵੀ ਪ੍ਰੋਪਰਟੀ ਹੈ, ਇਹ ਕਿਤੇ ਗਲਤ ਕੰਮ ਹੁੰਦਾ ਉਹਨੂੰ ਰੋਕਣਾ। ਇਹਦੇ ਆਪ ਨਾਲ ਰਲ ਜਾਂਦੇ, ਸਾਡਾ ਮਾਲ ਕਹਿੰਦੇ ਦਿਓ ਸਾਨੂੰ। ਅੱਜ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਕਹਿੰਦੇ ਮੈਂ ਤਾਂ ਕਿਰਾਏ 'ਤੇ ਘਰ ਲੈ ਸਕਦਾ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹੈਗੇ, 131 ਮਰਲੇ ਦਾ ਘਰ। ਮੈਂ ਵੀ ਉਹੀ ਸੋਚ ਰਹੀ ਸੀ। ਹੁਣ ਕਪੂਰਥਲੇ ਦਾ ਇਹ ਮਾਮਲਾ, ਜੇ 149 ਕਰਨਾ ਜਿਹੜੀ ਕਨਾਲ ਤੋਂ ਵੱਧ ਜਿਹੜੀ ਹੈ ਉਹ ਜ਼ਮੀਨ ਹੈ, ਉਹਦੇ 'ਤੇ ਆਰੋਪ ਲੱਗੇ ਹੈ ਕਿ ਇਹ ਕਬਜ਼ਾ ਕੀਤਾ ਹੋਇਆ। ਅਤੇ ਪਹਿਲੇ ਹਾਈਕੋਰਟ ਦੇ ਵਿੱਚ ਇਹ ਮਾਮਲਾ ਜਾਂਦਾ। ਤੁਸੀਂ ਦੇਖੋ ਕੋਰਟ ਦੇ ਵਿੱਚ ਵੀ ਜਿਹੜੀ ਸੁਣਵਾਈ ਹੈ, 10 ਸਾਲ ਬਾਅਦ ਇਹਦੇ 'ਤੇ ਕੋਈ ਫੈਸਲਾ ਆਇਆ ਜੇ। ਪੰਜਾਬ ਹਰਿਆਣਾ ਹਾਈਕੋਰਟ ਨੇ ਵਿਜੀਲੈਂਸ ਬਿਊਰੋ ਨੂੰ ਦੇ ਡਾਇਰੈਕਟਰ ਨੂੰ ਆਦੇਸ਼ ਦਿੱਤੇ ਹੈ ਕਿ ਇਹਦੇ 'ਤੇ ਛੇਤੀ ਕਾਰਵਾਈ ਕਰੋ, ਅਤੇ ਜਿਹੜੇ ਅਫਸਰਾਂ ਨੇ ਲਾਪਰਵਾਹੀ ਵਰਤੀ ਹੈ, ਜਿਨ੍ਹਾਂ ਦਾ ਕੰਮ ਸੀ ਜ਼ਮੀਨਾਂ ਨੂੰ ਛਡਾਉਣਾ ਜਾਂ ਜ਼ਮੀਨਾਂ 'ਤੇ ਕਬਜ਼ੇ ਨਾ ਹੋਣ ਦੇਣਾ, ਉਹਨਾਂ ਨੇ ਵੀ ਕਹਿੰਦੇ ਵੀ ਆਪਣੀ ਜਿਹੜੀ ਹੈ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾਈ। ਉਹਨਾਂ ਦੇ ਉੱਤੇ ਵੀ ਮਾਮਲਾ ਜਿਹੜਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਨੇ। ਹੁਣ ਜੱਜ ਸਾਹਿਬ ਹੈਗੇ ਵਿਨੋਦ ਐਸ ਭਾਰਦਵਾਜ, ਇਹ ਉਹਨਾਂ ਨੇ ਜਿਹੜੇ SGPC ਦੇ ਸਾਬਕਾ ਰਹਿ ਚੁੱਕੇ ਨੇ ਮੁਖੀ ਬੀਬੀ ਜਗੀਰ ਕੌਰ, ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਨੇ, ਅਤੇ ਹੋਰਾਂ ਦੇ ਖਿਲਾਫ਼ ਵੀ ਜਿਹੜੀ ਹੈ ਮਾਮਲਾ ਦਰਜ ਕਰਨ ਨੂੰ ਆਖਿਆ। ਇਹ ਕੋਈ ਜਾਰਜ ਸ਼ੁਭ ਸੀਗਾ ਜਿਹਨੇ ਆਰੋਪ ਲਾਏ ਸੀਗੇ ਬੀਬੀ ਜਗੀਰ ਕੌਰ ਨੇ ਬੇਗੋਵਾਲ ਨਗਰ ਪੰਚਾਇਤ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ, ਵੀ ਇਹਦਾ ਕੁਝ ਹਿੱਸਾ ਹਾਈ ਸਕੂਲ ਚਲਾਉਣ ਵਾਸਤੇ ਵੀ ਕਹਿੰਦੇ ਇਸਤੇਮਾਲ ਕੀਤਾ ਜਾ ਰਿਹਾ। ਹੁਣ ਜਿਹੜੇ ਜੱਜ ਸਾਹਿਬ ਨੇ, ਉਹਨਾਂ ਨੇ ਬੇਗੋਵਾਲ ਨਗਰ ਪੰਚਾਇਤ ਨੂੰ ਆਪਣੇ ਜਿਹੜੇ ਅਫਸਰ ਨੇ ਉਹਨਾਂ ਦੇ ਤਹਿ ਜਿਹੜੇ ਨਗਰ ਪਾਲਿਕਾ ਦੇ ਜਿਹੜੇ ਬੰਦੇ ਨੇ, ਕਹਿੰਦੇ ਵੀ ਤੁਸੀਂ ਬਕਾਇਆ ਰਾਸ਼ੀ ਵੀ ਵਸੂਲੀ ਨਹੀਂ ਕੀਤੀ, ਤੁਸੀਂ ਕੀਤਾ ਕੀ ਹੈ, ਨਾ ਤੁਸੀਂ ਜ਼ਮੀਨ ਛਡਾਈ ਅਤੇ ਨਾ ਇਹ ਜ਼ਮੀਨ ਦਾ ਜਿਹੜਾ ਕਿਸੇ ਦੇ ਕੋਲ ਕਬਜ਼ੇ ਸੀ ਉਹਦੇ ਕੋਲ ਪੈਸੇ ਜਿਹੜੇ ਵਸੂਲ ਕਰਨੇ ਸੀ ਤੁਸੀਂ ਉਹ ਵੀ ਨਹੀਂ ਕੀਤੇ। ਹੁਣ ਜੱਜ ਸਾਹਿਬ ਨੇ ਇੱਕ ਜਿਹੜੇ DGP ਨੇ ਵਿਜੀਲੈਂਸ ਦੇ, ਉਹਨਾਂ ਨੂੰ ਕਿਹਾ ਵੀ ਇਹ ਅਫਸਰਾਂ ਦੇ ਖਿਲਾਫ਼ ਜਿਹੜੀ ਹੈ ਡਿਪਾਰਟਮੈਂਟਲ ਇਨਕੁਆਇਰੀ ਸ਼ੁਰੂ ਕੀਤੀ ਜਾਏ, ਅਤੇ ਜਿਹੜੀ ਪੈਸਾ ਜਿਹੜਾ ਨਹੀਂ ਵਸੂਲਿਆ ਗਿਆ ਉਹਨੂੰ ਵੀ ਵਸੂਲਿਆ ਜਾਏ, ਅਤੇ 6 ਮਹੀਨੇ ਤੱਕ ਕਹਿੰਦੇ ਵੀ ਸਾਰੀ ਜਿਹੜੀ ਹੈ ਕਾਰਵਾਈ ਪੂਰੀ ਹੋ ਜਾਣੀ ਚਾਹੀਦੀ ਹੈ। ਫਿਰ ਉਹ ਇੱਕ ਉਹ ਇਹ ਵੀ ਕਹਿੰਦੇ ਨੇ ਕਿ ਇਹ ਵੀ ਲੱਗਿਆ ਸਾਨੂੰ ਵੀ ਗ੍ਰਾਮ ਪੰਚਾਇਤ ਜਿਹੜੇ ਅਫਸਰ ਜਿਨ੍ਹਾਂ ਦਾ ਕੰਮ ਸੀ ਜੇ ਕਿਤੇ ਜ਼ਮੀਨ 'ਤੇ ਕਬਜ਼ਾ ਹੁੰਦਾ ਅਤੇ ਉਹ ਕਬਜ਼ੇ ਨੂੰ ਛਡਾਉਣਾ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਸਕੂਲ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ 172 ਕਰਾਉਣਾ ਅਤੇ 15 ਮਰਲੇ, ਕਹਿੰਦੇ ਨਾ ਤਾਂ ਇਹਨਾਂ ਨੇ ਕੋਈ ਪੈਸਾ ਲਿਆ ਉਹਨਾਂ ਕੋਲੋਂ ਅਤੇ ਨਾ ਹੀ ਜ਼ਮੀਨ ਖਾਲੀ ਕਰਾਉਣ ਲਈ ਕੋਈ ਇਹਨਾਂ ਨੇ
ਜਿਹੜੀ ਹੈ ਕੋਈ ਐਫਰਟਸ ਕੀਤੇ, ਜਿਹਦੇ ਕਰਕੇ ਕਹਿੰਦੇ ਵੀ 5,91,00,000 ਰੁਪਇਆ ਸਰਕਾਰ ਨੂੰ ਨੁਕਸਾਨ ਹੋਇਆ। ਕਹਿੰਦੇ ਸਾਫ਼ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਜਦੋਂ ਦਾ ਜ਼ਮੀਨ ਦੇ ਉੱਤੇ ਕਬਜ਼ਾ, ਇਹਨਾਂ ਨੂੰ ਕਬਜ਼ਾ ਵਾਪਸ ਲੈਣ ਦੇ ਕੁਛ ਨਹੀਂ ਕੀਤਾ ਗਿਆ। ਕਹਿੰਦਾ ਇਹਨਾਂ ਨੂੰ ਕਬਜ਼ਾ ਲੈਣ ਦਾ ਤਾਂ ਪਰ ਅਧਿਕਾਰੀ ਨਹੀਂ ਸੀ, ਅਤੇ ਕਬਜ਼ਾ ਜਿਹਨਾਂ ਨੇ ਲਿਆ ਜਦੋਂ ਇਹ ਲੈਂਦੇ ਰਹੇ ਕਬਜ਼ਾ, ਅਤੇ ਅਫਸਰਾਂ ਨੇ ਅੱਖਾਂ ਕਰ ਲਈਆਂ ਬੰਦ ਨਾ। ਕਹਿੰਦੇ ਵੀ ਨੋਟਿਸ ਨੂਟਿਸ ਜਾਰੀ ਕੀਤਾ ਹੁੰਦਾ ਇਹਨਾਂ ਨੇ, ਪਰ ਕਹਿੰਦੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ। ਹੁਣ ਦੇਖੋ ਮਾਮਲਾ ਦਰਜ ਕਰਨ ਦੇ ਜਿਹੜੇ ਆ ਆਦੇਸ਼ ਹੋ ਗਏ ਨੇ, ਅਤੇ ਤੁਸੀਂ ਸਵਾਲ ਇਹ ਵੀ ਖੜਾ ਹੁੰਦਾ ਕਿ ਆਖਿਰਕਾਰ ਇਹ ਅਫਸਰ ਜਿਹੜੇ ਨੇ ਇਹਨਾਂ ਦਾ ਕੰਮ ਕੀ ਹੈ। ਹੁਣ ਮਾਮਲਾ ਗਏ ਇਹ ਪਟੀਸ਼ਨ ਜਿਹੜੀ ਬੀਬੀ ਜਗਵੀਰ ਕੌਰ 'ਤੇ 1996 ਤੋਂ 2014 ਤੱਕ ਬੇਗੋਵਾਲ ਦੀ 172 ਕਰਾਲਾਂ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਏ ਸਨ। ਪਟੀਸ਼ਨ 'ਚ ਇਹ ਵੀ ਦੋਸ਼ ਲਾਇਆ ਸੀ ਇਹ ਜ਼ਮੀਨ 'ਤੇ ਹਾਈ ਸਕੂਲ ਦੀ ਉਸਾਰੀ ਕੀਤੀ ਗਈ ਸੀ, ਅਤੇ ਉਸਾਰੀ ਦੇ ਕਾਰਨ NAC ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਉਹਨਾਂ ਨੇ ਉਸਾਰੀ ਹਟਾਉਣ ਦੀ ਬਜਾਏ ਇਸ ਸਕੂਲ ਦੇ ਵਿੱਚ ਇੰਟਰਨੈਸ਼ਨਲ ਸਕੂਲ ਚਲਾਉਣਾ ਸ਼ੁਰੂ ਕਰ ਦਿੱਤਾ। ਜਦਕਿ ਇਸ ਸਕੂਲ ਨੂੰ ਕਿਤੋਂ ਵੀ ਮਾਨਤਾ ਨਹੀਂ ਸੀਗੀ, ਰੈਕੋਗਨਾਈਜੇਸ਼ਨ ਕਿਤੋਂ ਨਹੀਂ ਸੀਗੀ। ਸਕੂਲ ਨੂੰ ਸਰਕਾਰ ਤੋਂ 95% ਸਹਾਇਤਾ ਮਿਲਦੀ ਹੈ, ਅਤੇ ਏਡਿਡ ਸਕੂਲ ਵਿੱਚ ਇੰਟਰਨੈਸ਼ਨਲ ਸਕੂਲ ਨਹੀਂ ਚਲਾਇਆ ਜਾ ਸਕਦਾ। ਇਸ ਦੇ ਵਿਰੁੱਧ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ, ਅਤੇ ਇਹ ਮਾਮਲਾ ਉਸ ਵੇਲੇ ਵਿਧਾਨ ਸਭਾ ਦੇ ਵਿੱਚ ਚੁੱਕਿਆ ਗਿਆ ਸੀ। ਹੁਣ ਦੇਖੋ ਸਵਾਲ ਫਿਰ ਹੋ ਜਾਂਦਾ ਕਿ ਇਹ ਇਕੱਲੀ ਜ਼ਮੀਨ ਹੈ ਜਿਹਦੇ ਉੱਤੇ ਕਬਜ਼ਾ ਕੀਤਾ, ਇੱਥੇ ਤਾਂ ਬਹੁਤ ਸਾਰੇ ਦਰਿਆਵਾਂ ਦੇ ਕੋਲ ਉੱਥੇ ਕਬਜ਼ੇ, ਕਿੱਥੇ ਕਬਜ਼ੇ ਨਹੀਂ ਹੈ, ਫਿਰ ਹੜ੍ਹ ਆ ਜਾਂਦੇ ਨੇ, ਕਿਉਂਕਿ ਜਿੱਥੋਂ ਦਰਿਆ ਬਰਸਾਤ ਦੇ ਵਿੱਚ ਦੇਖੋ ਜਿੱਥੋਂ ਪਾਣੀ ਲੰਘਦਾ ਨਾ ਉੱਥੇ ਤਾਂ ਕਬਜ਼ੇ ਕਰ ਲਏ ਇਹਨਾਂ ਨੇ, ਲੀਡਰਾਂ ਨੇ ਕਬਜ਼ੇ ਕੀਤੇ ਜਾਂ ਅਫਸਰਾਂ ਨੇ ਕਬਜ਼ੇ, ਨਾ ਤੁਸੀਂ ਕੀਤਾ ਨਾ ਮੈਂ ਕੀਤਾ। ਹੁਣ ਦੇਖੋ ਬਰਸਾਤਾਂ ਹੋਣੀਆਂ, ਫਿਰ ਹੜ੍ਹ ਆਉਣੇ, ਫਿਰ ਇਹਨਾਂ ਨਾਲ ਚੀਕਾਂ ਮਾਰਨੀਆਂ, ਅਤੇ ਮੱਛਰ ਨੇ ਵੀ ਬਹੁਤ ਤੰਗ ਕਰਨਾ ਜਿਹਾ। ਬਿਲਕੁਲ ਸਰ, ਉਹ ਤਾਂ ਹੈ ਸਰ। ਭਾਈ ਅੰਮ੍ਰਿਤਪਾਲ ਸਿੰਘ ਦਾ ਸਹੁੰ ਚੱਕਣ ਦਾ ਰਸਤਾ ਜਿਹੜਾ ਕਹਿ ਰਹੇ ਕਿ ਸਾਫ਼ ਹੋ ਰਿਹਾ ਹੈ, 5 ਤਰੀਕ ਨੂੰ ਉਹਨਾਂ ਨੇ ਸਹੁੰ ਚੱਕ ਲੈਣਗੇ ਉਹ। ਦੇਖੋ ਸਭ ਨੂੰ ਪਤਾ ਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਪੰਜਾਬ ਦੀ ਲੋਕ ਜਿਹੜੀ ਸਭ ਤੋਂ ਵੱਧ ਵੋਟਾਂ ਤੋਂ ਜਿੱਤੇ ਹੈ। 1,97,000 ਤੋਂ ਵੱਧ ਲੀਡ ਇਹਨਾਂ ਨੂੰ ਮਿਲੀ ਸੀ, 4,99,000 ਵੋਟ ਪਏ ਇਹਨਾਂ ਨੂੰ। ਕੁਲਬੀਰ ਸਿੰਘ ਜੀਰੇ ਨੂੰ 1,97,000 ਘੱਟ ਪਈ, ਅਤੇ ਜਿਹੜਾ ਅਕਾਲੀ ਦਲ ਵਾਲਾ ਬੰਦਾ ਉਹਦੇ 5ਵੇਂ ਨੰਬਰ 'ਤੇ ਆ ਰਿਹਾ ਸੀਗਾ ਪ੍ਰਸਾਦ ਸਿੰਘ ਵਲਟੋਆ। ਹੁਣ ਆਜ਼ਾਦ ਖਲੋਤੇ ਸਨ ਜੇਲ੍ਹ 'ਚੋਂ, ਇਹ ਬੰਦਾ ਜਿੱਤ ਗਿਆ, ਗਰਮ ਖਿਆਲੀ ਗਿਆ, NSA ਲੱਗਿਆ ਇਹਦੇ 'ਤੇ, ਇਹਦੇ 'ਤੇ ਅਤੇ ਇਹਦੇ ਸਾਥੀਆਂ ਦੇ ਉੱਤੇ ਵੀ। ਹਾਲਾਂਕਿ 3 ਸਾਥੀਆਂ ਨੇ ਜ਼ਿਮਨੀ ਚੋਣਾਂ ਲੜਨ ਦਾ ਵੀ ਐਲਾਨ ਕਰਤਾ, ਇੱਕ ਨੇ ਨਹੀਂ ਕੀਤਾ ਅਜੇ, ਸ਼ਾਇਦ ਉਹ ਵੀ ਕਰ ਦੇਗਾ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨਾ, ਕਿਉਂਕਿ ਅਮਰਿੰਦਰ ਸਿੰਘ ਰਾਜਾ ਬਣੇ ਗਿੱਦੜਬਾਹੇ ਤੋਂ, ਅਤੇ ਜਿਹੜੇ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਤੋਂ ਬਣ ਗਏ ਨੇ ਆਪਣੇ ਸੁਖਜਿੰਦਰ ਰੰਧਾਵਾ, ਰਾਜਕੁਮਾਰ ਚੱਬੇਵਾਲ ਬਣ ਗਏ ਨੇ, ਅਤੇ ਮੀਤ ਹਜ਼ਾਰ, ਤਿੰਨਾਂ ਥਾਵਾਂ ਤੋਂ ਤਾਂ ਉਹਨਾਂ ਨੇ ਕਹਿਤਾ ਵੀ ਅਸੀਂ ਇਲੈਕਸ਼ਨ ਲੜਾਂਗੇ। ਚਲੋ ਉਹ ਗੱਲ ਕਰਦੇ ਇਹਨਾਂ ਦੀ। ਹੁਣ ਇਹ ਕਿਹਾ ਜਾ ਰਿਹਾ ਕਿ 5 ਜੁਲਾਈ ਨੂੰ ਇਹਨਾਂ ਨੇ ਅੰਮ੍ਰਿਤਪਾਲ ਨੇ ਸਹੁੰ ਚੁੱਕਣੀ, ਕਿਉਂਕਿ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਇਹਨਾਂ ਦੇ ਪਰਿਵਾਰ ਦੀ, ਕਿਉਂਕਿ ਲੋਕਾਂ ਨੇ ਫਤਵਾ ਦਿੱਤਾ, ਲੋਕਾਂ ਨੇ ਜਿਤਾਇਆ, ਅਤੇ ਲੋਕਾਂ ਦੀ ਆਵਾਜ਼ ਹੈ, ਇਸ ਕਰਕੇ ਇਹਨੂੰ ਸਹੁੰ ਚੁਕਾਉਣੀ ਚਾਹੀਦੀ ਹੈ। ਅਤੇ ਹੁਣ 5 ਤਰੀਕ ਨੂੰ ਸਹੁੰ ਚੁੱਕਣੀ, ਜੇ ਅੰਮ੍ਰਿਤਸਰ ਦੀ ਜਿਹੜੀ ਹੈ ਪੰਜਾਬ ਪੁਲਿਸ ਜਾਏਗੀ, ਅਤੇ ਉਹਨਾਂ ਨੂੰ ਉੱਥੋਂ ਫਿਰ ਹਵਾਈ ਜਹਾਜ਼ ਰਾਹੀਂ ਲੈ ਕੇ ਜਾਣਗੇ ਦਿੱਲੀ, ਅਤੇ ਸਹੁੰ ਚੁੱਕਣਗੇ ਇਹ ਜਿਹੜੇ ਹੈਗੇ ਨੇ ਓਮ ਬਿਰਲਾ ਦੇ ਕਮਰੇ 'ਚ, ਜਿਹੜੇ ਕਿ ਲੋਕ ਸਭਾ ਦੇ ਸਪੀਕਰ ਨੇ। ਸਾਰੀਆਂ ਤਿਆਰੀਆਂ ਕਹਿੰਦੇ ਹੋ ਗਈਆਂ, ਅਤੇ ਤੁਸੀਂ ਇਹ ਦੇਖੋ ਕਿ ਰਾਸ਼ਿਦ ਜਿਹੜਾ ਜੰਮੂ ਕਸ਼ਮੀਰ ਤੋਂ ਜਿੱਤਿਆ ਸੀ, ਉਹਨੇ ਵੀ 5 ਤਰੀਕ ਨੂੰ ਜਿਹੜੀ ਹੈ ਸਹੁੰ ਚੁੱਕਣੀ ਹੈ, ਅਤੇ ਇਹਨਾਂ ਨੇ ਇਕੱਠਿਆਂ ਜਿਹੜੀ ਹੈ ਸਹੁੰ ਚੁੱਕਣਗੇ ਹੁਣ, ਅਤੇ ਤੁਸੀਂ ਦਿੱਲੀ ਇਹਨਾਂ ਨੂੰ ਲੈ ਕੇ ਜਾਣਾ ਆਸਾਮ ਤੋਂ, ਜਿਹੜੀ ਹੈ ਫਲਾਈਟ ਡਾਇਰੈਕਟ ਫਲਾਈਟ ਦੇ ਉੱਤੇ ਲਿਜਾਇਆ ਜਾ ਸਕਦਾ ਇਹਨਾਂ ਨੂੰ। ਪੁਲਿਸ ਜਿਹੜੀ ਹੈ ਅੰਮ੍ਰਿਤਸਰ ਦੀ ਚਲੀ ਗਈ ਉੱਥੇ, ਅਤੇ ਹੁਣ ਦੇਖੋ
5 ਤਰੀਕ ਨੂੰ ਇਹ ਸਹੁੰ ਚੁੱਕਣਗੇ, ਫਿਰ ਸਾਂਸਦ ਬਣ ਜਾਣਗੇ। ਵੈਸੇ ਤਾਂ ਇਹ ਵੀ ਕਿਹਾ ਜਾ ਰਿਹਾ, ਮੈਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਹਾ ਜਾ ਰਿਹਾ ਕਿ ਉਹਨਾਂ ਨੂੰ 4 ਦਿਨਾਂ ਦੀ ਪਰੋਲ ਜਿਹੜੀ ਉਹ ਦਿੱਤੀ ਜਾਣੀ। ਇੱਕ ਦਿਨ ਤਾਂ ਦੇਖੋ ਆਉਣਗੇ ਸਹੁੰ ਚੁੱਕਣਗੇ, ਅਤੇ ਫਿਰ ਉਸ ਤੋਂ ਬਾਅਦ 4 ਦਿਨ ਉਹ ਰਹਿਣਗੇ ਕਿੱਥੇ? ਉਹਨਾਂ ਦਾ ਮੈਨੂੰ ਕੋਈ ਜਵਾਬ ਨਹੀਂ ਆਇਆ, ਮੈਸੇਜ ਉਹਨਾਂ ਨੂੰ ਪਾਤਾ। ਜੇ ਕੋਈ ਜਵਾਬ ਆਏਗਾ ਤਾਂ ਅਸੀਂ ਜਿਹੜਾ ਅਪਡੇਟ ਕਰ ਦਾਂਗੇ ਆਪਣੇ ਜਿਹੜੇ ਦਰਸ਼ਕ ਹੈਗੇ ਉਹਨਾਂ ਨੂੰ। ਹਾਂਜੀ ਸਰ। ਸਰ, ਜਲੰਧਰ ਦੇ ਵਿੱਚ ਨਾ ਮਾਹੌਲ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ, ਅਤੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕੱਲ੍ਹ ਸ਼ੀਤਲ ਅੰਗੁਰਾਲ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀਗੀ, ਜਿਸ ਨੂੰ ਲੈ ਕੇ ਸੁਨੀਲ ਜਾਖੜ ਅਤੇ ਹੋਰ ਵਿਰੋਧੀਆਂ ਨੇ ਵੀ ਸਵਾਲ ਚੱਕੇ ਨੇ। ਦੇਖੋ, ਜਿਹੜੇ ਆਰੋਪ ਲਾਏ ਨਾ ਸ਼ੀਤਲ ਅੰਗੁਰਾਲ ਨੇ, ਅਸੀਂ ਕੱਲ੍ਹ ਵੀ ਗੱਲ ਕਰ ਚੁੱਕੇ ਹਾਂ, ਕੱਲ੍ਹ ਪੂਰੀ ਖਬਰ ਵੀ ਕੀਤੀ ਸੀ, ਅੱਜ ਵੀ ਕੀਤੀ ਹੈ, ਉਹ ਬਹੁਤ ਬੇਹੱਦ ਗੰਭੀਰ ਨੇ। ਬਿਲਕੁਲ। ਦੜਾ ਸੱਟਾ ਕਹਿੰਦੇ ਕਾਰੋਬਾਰ ਚੱਲਦਾ, ਲਾਟਰੀ ਚੱਲਦੀ ਹੈ ਇੱਥੇ, ਅਤੇ ਇਹਦਾ ਮਤਲਬ ਫਿਰ ਨਸ਼ਾ ਵੀ ਵਿਕਦਾ ਹੋਣਾ। ਬਿਲਕੁਲ। ਲੀਡਰਾਂ ਦਾ ਹੱਥ ਹੈ, ਲੀਡਰ ਮਹੀਨਾ ਲੈਂਦੇ ਨੇ, ਸਪਸ਼ਟ ਕਹਿ ਰਹੇ ਨੇ ਕਿਸ ਤਰ੍ਹਾਂ ਲੈਂਟਰ ਪਈ ਜਾਂਦੇ ਨੇ, ਇਲੀਗਲ ਬਿਲਡਿੰਗਾਂ ਬਣ ਨਹੀਂ ਸਕਦੀਆਂ, ਤਾਂ ਬਣ ਇਹ ਕਿੱਟ ਨਹੀਂ ਲੱਗਣ ਦਿੰਦੇ, ਅਤੇ ਏਡੇ ਏਡੇ 6-6 ਮੰਜ਼ਿਲਾ ਹੋਟਲ ਕਿੱਥੋਂ ਬਣ ਜਾਂਦੇ ਨੇ, ਲੱਖਾਂ ਰੁਪਏ ਲੈਂਦੇ ਨੇ। ਹੁਣ ਸੁਨੀਲ ਜਾਖੜ ਕਹਿੰਦੇ ਵੀ ਅੱਜ ਦੀ ਜਿਹੜੀ ਸਮੇਂ 'ਚ ਸਰਕਾਰਾਂ ਜਿਹੜੀਆਂ ਨਾ, ਕਹਿੰਦੇ ਚਾਦਰ ਵਿਛਾ ਕੇ ਬੈਠੀਆਂ, ਕਹਿੰਦੇ ਪੈਸਾ ਸੁੱਟੋ ਅਤੇ ਕੰਮ ਕਰਾਓ, ਵੱਡੇ ਆਰੋਪ ਲਾਏ ਆ। ਕਹਿੰਦੇ ਪਹਿਲੇ ਕਾਂਗਰਸ ਇੱਦਾਂ ਕਰਦੀ ਸੀ, ਹੁਣ ਕਹਿੰਦੇ ਵੀ ਆਮ ਆਦਮੀ ਪਾਰਟੀ ਇੱਦਾਂ ਕਰਦੀ ਹੈ, ਅਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਹਿੰਦੇ ਵੀ ਇਹ ਹੁਣ ਵੇਖੋ ਗਲੀ ਗਲੀ ਤੁਰੇ ਫਿਰਦੇ ਆ, ਸਾਰੇ ਮੰਤਰੀਆਂ ਦੀ ਡਿਊਟੀ ਲਾਤੀ ਹੈ, ਜਿੰਨੀਆਂ ਵਾਰਡਾਂ ਨੇ ਨਾ ਉਹਨੇ ਉੱਥੇ ਚੇਅਰਮੈਨ ਇੰਚਾਰਜ ਲਾਤੇ ਆ, ਸਾਰੇ MLA ਕਹਿੰਦੇ ਕੋਈ ਕਿਤੇ ਲੱਭੇ ਨਾ ਲੱਭੇ ਉੱਥੇ ਲੱਭਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉੱਥੇ ਘਰ ਲੈ ਲਿਆ 131 ਮਰਲੇ ਦਾ ਛੋਟਾ ਘਰ, ਅਤੇ ਕਹਿੰਦੇ ਕਿਰਾਏ 'ਤੇ, ਕਿਰਾਏ 'ਤੇ, ਕਹਿੰਦੇ ਪੈਸੇ ਨਹੀਂ ਗਏ ਮੇਰੇ ਕੋਲ। ਕਹਿੰਦੇ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਲਗਾਤਾਰ, ਅਤੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਜੇ ਇਹਨਾਂ ਨੇ 25-26 ਮਹੀਨੇ 'ਚ ਉਹ ਕੰਮ ਕੀਤਾ ਹੁੰਦਾ ਨਾ ਪੰਜਾਬ ਦੀ ਬਿਹਤਰੀ ਲਈ, ਅਤੇ ਫਿਰ ਇਹਨਾਂ ਨੂੰ ਥਾਂ ਥਾਂ ਵੋਟਾਂ ਮੰਗਣ ਨਹੀਂ ਜਾਣਾ ਪੈਣਾ, ਲੋਕਾਂ ਨੇ ਆਪੇ ਵੋਟਾਂ ਪਾ ਦੇਣੀਆਂ ਸੀ। ਹੁਣ ਸੁਨੀਲ ਜਾਖੜ ਕਹਿੰਦੇ ਵੀ ਪੰਜਾਬ ਦੇ ਵਿੱਚ ਪਹਿਲੇ ਵੀ ਨਸ਼ੇ ਨਾਲ ਕਈ ਮੌਤਾਂ ਹੋ ਚੁੱਕੀਆਂ, ਪੰਜਾਬ ਦੇ ਵਿੱਚ ਦੇਖੋ ਫਿਲਮ ਬਣ ਚੁੱਕੀ ਉੜਦਾ ਪੰਜਾਬ, ਪੰਜਾਬ ਨੂੰ ਬਦਨਾਮ ਕਰਤਾ ਗਿਆ, ਸਾਰੀਆਂ ਪਾਰਟੀਆਂ ਨਸ਼ਾ, ਅਸੀਂ ਕਹਿੰਦੇ ਹਾਂ ਕੱਲ੍ਹ ਪਹਿਲੇ ਵੀ ਕਿਹਾ, ਸਾਰੀਆਂ ਪਾਰਟੀਆਂ ਚਾਹੁੰਦੀਆਂ ਵੀ ਨਸ਼ਾ ਖਤਮ ਹੋਵੇ। ਇੱਕ ਵਾਰੀ ਨਾ ਇੱਥੇ ਰਾਜਪਾਲ ਸਾਹਿਬ ਆਏ ਸੀਗੇ ਯੂਨੀਵਰਸਿਟੀ, ਪਿਛਲੇ ਸਾਲ ਦੀ ਗੱਲ ਹੈ ਮੇਰਾ ਖਿਆਲ, ਨਾਲ ਪੰਜਾਬ ਦੇ DGP ਸਨ ਉਹਨਾਂ ਦੇ, ਨਾਲ ਚੀਫ ਸੈਕਟਰੀ ਸਾਹਿਬ ਬੈਠੇ ਸੀ ਉਹਨਾਂ ਦੇ, ਅਤੇ ਮੈਂ ਵੀ ਜਾਣ ਦਾ ਮੌਕਾ ਮਿਲਿਆ ਸੀ ਪ੍ਰੈਸ ਕਾਨਫਰੰਸ ਦੇ ਵਿੱਚ। ਰਾਜਪਾਲ ਸਾਹਿਬ ਨੇ ਗੱਲ ਕੀਤੀ ਵੀ ਹੁਣ ਜਿਹੜਾ ਮੈਨੂੰ ਕਹਿੰਦੇ ਬਾਰਡਰ ਦੇ ਲੋਕ ਦੱਸਦੇ ਨੇ, ਜਿਹੜਾ ਨਸ਼ਾ ਪਹਿਲੇ ਕਾਲਜਾਂ 'ਚ ਮਿਲਦਾ ਸੀ ਹੁਣ ਸਕੂਲਾਂ 'ਚ ਮਿਲਣ ਲੱਗ ਗਿਆ, ਬੱਚਿਆਂ ਨੂੰ ਵੀ ਉਪਲਬਧ ਆ, ਬੱਚੀਆਂ ਨੂੰ ਨਸ਼ਾ ਮਿਲ ਰਿਹਾ, ਕਰਿਆ ਕਹਿੰਦੇ ਜਿਵੇਂ ਟੁੱਥਪੇਸਟ ਮਿਲਦੀ ਹੈ ਉਵੇਂ ਕਰਿਆਨੇ ਦੀ ਦੁਕਾਨ 'ਤੇ ਨਸ਼ਾ। ਫਿਰ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ, ਮੈਂ ਕਿਹਾ ਦੇਖੋ ਰਾਜਪਾਲ ਸਾਹਿਬ, ਸਭ ਤੋਂ ਪਾਵਰਫੁਲ ਦੋ ਬੰਦੇ ਹੁੰਦੇ ਸਰਕਾਰ, ਦੋ ਚੀਜ਼ਾਂ ਚੱਲਦੀਆਂ, ਇੱਕ ਪੁਲਿਸ ਪ੍ਰਸ਼ਾਸਨ, ਦੂਜਾ ਐਡਮਿਨਿਸਟ੍ਰੇਸ਼ਨ, ਦੋਨਾਂ ਹੀ ਵੱਡੇ ਅਫਸਰ ਜਿਹੜੇ ਨੇ ਉੱਥੇ ਬੈਠੇ ਆ, ਚੀਫ ਸੈਕਟਰੀ ਸਾਹਿਬ ਵੀ ਬੈਠੇ ਆ, ਅਤੇ ਪੰਜਾਬ ਦੇ DGP ਸਾਹਿਬ ਬੈਠੇ। ਮੈਂ ਇਹ ਵੀ ਕਿਹਾ ਸੀ ਵੀ ਸਾਨੂੰ ਕੋਈ ਮਨਸ਼ਾ ਇਹਨਾਂ 'ਤੇ ਸ਼ੱਕ ਨਹੀਂ ਹੈ ਵੀ ਪੁਲਿਸ ਨਸ਼ਾ ਵਿਕਾਉਂਦੀ ਕਿ ਨਹੀਂ, ਉੱਧਰ ਨਹੀਂ ਮੈਂ ਜਾਣਾ, ਪਰ ਨਸ਼ਾ ਮੁੱਕ ਕਿਉਂ ਗਿਆ? ਇਹਦਾ ਮਤਲਬ ਨਸ਼ੇ ਦੇ ਸੌਦਾਗਰ ਸਰਕਾਰਾਂ, ਪੁਲਿਸ ਅਤੇ ਐਡਮਿਨਿਸਟ੍ਰੇਸ਼ਨ ਤੋਂ ਜ਼ਿਆਦਾ ਤਾਕਤਵਰ ਹੈ। ਚਿੱਟਾ ਤਾਂ ਹੀ ਆ ਰਿਹਾ ਨਾ, ਕਿਸ ਤਰ੍ਹਾਂ ਆਮ ਬੰਦੇ ਨੂੰ ਜਿਹੜਾ ਪੀਂਦਾ ਉਹਨੂੰ ਪਤਾ ਵੀ ਕਿੱਥੋਂ ਚਿੱਟਾ ਮਿਲਣਾ ਅਤੇ ਕਿੰਨੇ ਦੀ ਪੀੜ ਮੈਂ ਪੁੜੀ ਲੈਣੀ ਹੈ, ਅਤੇ ਇਹਨਾਂ ਨੂੰ ਨਹੀਂ ਪਤਾ ਲੱਗਦਾ। ਚਲੋ ਹੁਣ ਮੁੱਖ ਮੰਤਰੀ ਜਾਖੜ ਸਾਹਿਬ ਕਹਿੰਦੇ ਉੱਥੇ ਕਹਿੰਦੇ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ, ਠੀਕ ਹੈ, ਕਹਿੰਦੇ ਹੁਣ ਇਹਨਾਂ ਨੂੰ ਅੱਖਾਂ 'ਚ ਅੱਖਾਂ ਪਾ ਕੇ ਗੱਲ ਜਿਹੜੀ ਹੈ ਕਰਨੀ ਚਾਹੀਦੀ। ਕਹਿੰਦੇ ਹੁਣ ਤੁਸੀਂ ਦੇਖੋ ਮਾਮਲਾ FIR 'ਤੇ ਪਹੁੰਚ ਗਿਆ, ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਛੇਤੀ FIR ਦੇ ਛੇਤੀ ਦਰਜ ਕੀਤੀ। ਕਹਿੰਦੇ ਡਰਾਓ ਨਾ, ਸ਼ੀਤਲ ਅੰਗੁਰਾਲ 'ਤੇ ਦੀ ਗੱਲ ਕੀਤੀ ਸੀ ਨਾ, ਸ਼ੀਤਲ ਅੰਗੁਰਾਲ ਨੇ ਇਹ ਵੀ ਕਿਹਾ ਵੀ ਮੇਰਾ ਕਤਲ ਹੋ ਸਕਦਾ। ਦੇਖੋ ਨਾ, ਬਾਜਵਾ ਸਾਹਿਬ ਕਹਿੰਦੇ ਵੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨਾ ਦੇ ਉੱਤੇ ਜਿਹੜੇ ਆਰੋਪ ਲੱਗੇ ਨਾ, ਦੇਖੋ ਉਹਨਾਂ ਨੇ ਸਿੱਧਾ ਕਿਹਾ ਸੀ ਇਹਨਾਂ ਦੇ ਭੈਣ ਜੀ, ਇਹਨਾਂ ਦੀ ਧਰਮ ਪਤਨੀ, ਪੈਸੇ, ਦੇਖੋ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ, ਇਹਦੀ ਜਾਂਚ ਹੋਣੀ ਚਾਹੀਦੀ ਅਤੇ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਵੇਖੋ ਤੁਸੀਂ ਮੁੱਖ ਮੰਤਰੀ ਹੋ ਪੂਰੇ ਪੰਜਾਬ ਦੇ, ਤੁਸੀਂ ਤਾਂ ਆਪ ਕਹਿੰਦੇ ਹੋ
ਮੈਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦਿਆਂ, ਰਾਜਪਾਲ ਨੂੰ ਨਹੀਂ ਜਵਾਬ ਦੇ ਮੈਂ, ਜਦੋਂ ਚਿੱਠੀਆਂ ਪੱਤਰ ਚੱਲਦਾ ਸੀ ਇਹਨਾਂ ਦਾ ਆਪਸ 'ਚ, ਹਾਲਾਂਕਿ ਹੁਣ ਤਾਂ ਬੜੀ ਦੇਰ ਤੋਂ ਸ਼ਾਂਤੀ ਆਪਸ ਦੇ ਵਿੱਚ ਦੋਵੇਂ, ਹੁਣ ਕਹਿੰਦੇ ਵੀ ਇਹ ਜਿਹੜੇ ਐਡੇ ਗੰਭੀਰ ਕੇਸ ਨੇ ਅਤੇ ਕਹਿੰਦੇ ਵੀ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਜੇ ਪਹਿਲੇ ਤੁਹਾਨੂੰ ਲੱਗਦਾ ਸੀ ਵੀ ਸ਼ੀਤਲ ਅੰਗੁਰਾਲ ਦੀ ਬੈਕਗਰਾਊਂਡ ਠੀਕ ਨਹੀਂ ਤਾਂ ਤੁਸੀਂ ਇਹਦਾ ਰਿਕਾਰਡ ਕਿਉਂ ਨਹੀਂ ਚੈੱਕ ਕਰਾਇਆ, ਅਤੇ ਹੁਣ ਕਹਿੰਦੇ ਜੋ ਉਹਨੇ ਕਿਹਾ, ਅਤੇ ਤੁਸੀਂ ਕਹਿੰਦਾ ਆਪ ਉਹਦੇ 'ਤੇ ਹੁਣ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਅਤੇ ਜਵਾਬ ਕਿਉਂ ਨਹੀਂ ਦਿੰਦੇ? ਪਹਿਲੇ ਕਹਿੰਦੇ ਚੈਲੇਂਜ ਕਰਦੇ ਸੀ ਵੀ ਸਾਨੂੰ ਦੱਸੋ ਕੋਈ ਭ੍ਰਿਸ਼ਟਾਚਾਰ ਕਰਦਾ, ਸਾਨੂੰ ਦੱਸੋ ਕੋਈ ਪੈ ਲੈਂਦਾ, ਕਹਿੰਦਾ ਹੁਣ ਤਾਂ ਤੁਹਾਡਾ ਤੁਹਾਡੇ ਹੀ ਪਾਰਟੀ 'ਚੋਂ ਗਿਆ ਉੱਧਰ, ਅਤੇ ਕਹਿ ਰਿਹਾ ਵੀ ਸਿੱਧਾ ਵੀ ਕਹਿੰਦਾ ਵੀ ਪੈਸੇ ਲੈ ਰਹੇ ਹੈ, ਅਤੇ ਹੁਣ ਦੇਖੋ ਮੁੱਖ ਮੰਤਰੀ ਸਾਹਿਬ ਕਹਿੰਦੇ ਚੁੱਪ ਨੇ ਥਾਂ ਥਾਂ 'ਤੇ ਜਾ ਕੇ, ਕਹਿੰਦੇ ਵੀ ਉਹਨੇ ਤਾਂ ਇਹ ਵੀ ਕਿਹਾ ਸੀ ਵੀ 5 ਤਰੀਕ ਨੂੰ ਰੱਖੋ ਡਿਬੇਟ, ਮੈਂ ਵੀ ਆ ਜੂੰਗਾ, ਅਤੇ ਉਹ ਬੜੇ ਗੰਭੀਰ ਨੇ। ਦੇਖੋ ਬਾਜਵਾ ਵੀ ਕਹਿੰਦੇ ਵੀ ਸਰਕਾਰ ਨੇ ਜਿਹੜਾ ਨਾ ਲੋਕਾਂ ਕੋਲ ਕੰਮ ਕਰਾਉਣ ਵਾਲੇ ਚਾਰਜਿਸ ਤੈਅ ਕੀਤੇ ਹੋਏ। ਤੁਸੀਂ ਦੇਖੋ ਬੜੀ ਦਿਲਚਸਪ ਜਿਹੜੀ ਹੈ ਲੜਾਈ ਹੈ, ਮਹਿੰਦਰ ਭਗਤ 2022 ਦੇ ਵਿੱਚ ਬੀਜੇਪੀ ਤੋਂ ਇਲੈਕਸ਼ਨ ਲੜ ਰਹੇ ਸਨ, 2022 ਦੇ ਵਿਧਾਨ ਸਭਾ ਇਲੈਕਸ਼ਨ ਹੋਏ ਨਾ, ਅਤੇ ਜਿਹੜੇ ਹੁਣ ਉਹ ਲੜ ਰਹੇ ਆਮ ਆਦਮੀ ਪਾਰਟੀ ਤੋਂ, ਅਤੇ ਜਿਹੜੇ ਆਮ ਆਦਮੀ ਪਾਰਟੀ ਤੋਂ 2022 'ਚ ਇਲੈਕਸ਼ਨ ਲੜੇ ਸਨ ਸ਼ੀਤਲ ਅੰਗੁਰਾਲ, ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ, ਅਸਤੀਫਾ ਸਵੀਕਾਰ ਵੀ ਹੋ ਗਿਆ, ਹੁਣ ਬੀਜੇਪੀ 'ਚ ਵੱਲੋਂ ਲੜ ਰਹੇ ਹਨ। ਦੇਖੋ ਇਹਨਾਂ ਦਾ ਲੀਡਰਾਂ ਦਾ ਵੀ ਰੱਖਿਆ, ਦੇਖੋ ਦੇਖੋ ਦੜਾ ਸੱਟਾ 3 ਕਰੋੜ ਰੁਪਏ ਦਾ ਹਰ ਮਹੀਨੇ, ਇੱਥੇ ਤਾਂ ਇਹੋ ਜਿਹੇ ਦੜੇ ਸੱਟੇ ਕਾਰੋਬਾਰ ਹੀ ਗਏ ਜਿਹਨਾਂ ਦੀ ਰੋਜ਼ ਦੀ ਕਲੈਕਸ਼ਨ ਕਰੋੜਾਂ ਰੁਪਏ ਹੈ, ਅੰਮ੍ਰਿਤਸਰ ਦੇ ਵਿੱਚ ਵੀ ਦੜਾ ਸੱਟਾ ਕਾਰੋਬਾਰ ਹੀ ਜਿਹਦੀ ਤੁੱਤੀ ਬੋਲਦੀ ਹੈ, ਪਰ ਕਹਿੰਦੇ ਵੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ, ਪੈਸੇ ਲੈ ਜਾਂਦੇ ਸਾਰੇ, ਹੁਣ ਕਹਿੰਦੇ ਵੀ ਅੱਜ ਸਾਰੇ ਦੇ ਸਾਰੇ ਜਿਹੜੇ ਬੰਦੇ ਆ ਨਾ ਵੈਸਟ ਤੁਰੇ ਫਿਰਦੇ ਨੇ, ਸਾਰੇ ਪੂਰਾ ਤੰਤਰ ਲਾਇਆ ਪਿੱਛੇ ਵੀ, ਤੁਹਾਨੂੰ ਯਾਦ ਹੋਣਾ ਇੱਕ ਐਮ ਪੀ ਸਾਹਿਬ ਦੀ ਵੀ ਸਾਬਕਾ ਹੋ ਗਏ ਨੇ, ਹੁਣ ਵੀਡੀਓ ਵਾਇਰਲ ਕਹਿੰਦੇ ਉਹ ਸਾਰੀਆਂ ਬੱਤੀਆਂ ਜਗਣੀਆਂ ਚਾਹੀਦੀਆਂ, ਲਾ ਐਂਡ ਆਰਡਰ ਦਾ ਕਹਿੰਦੇ ਬੁਰਾ ਹਾਲਿਆ ਸਰ, ਬੁਰਾ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ, ਅਤੇ ਇਹ ਸਾਰੀ ਦੀ ਸਾਰੀ ਮਸ਼ੀਨਰੀ ਕਹਿੰਦੇ ਲੈ ਕੇ ਨਾ ਉੱਥੇ ਤੁਰੇ ਫਿਰਦੇ ਆ ਵੈਸਟ 'ਚ ਪੱਛਮ 'ਚ। ਹੁਣ ਜਾਖੜ ਨੇ ਇਹ ਵੀ ਕਿਹਾ ਭਗਵੰਤ ਮਾਨ ਜਿਹੜੀ ਹੈ ਦੋਗਲੀ ਪੋਲਸੀ ਨਾਲ ਖੇਲ ਰਹੇ ਹੈ, ਅਤੇ ਦਿੱਲੀ 'ਚ ਕਹਿੰਦੇ ਤੁਸੀਂ ਕਹਿੰਦੇ ਸੀ ਵੀ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ, ਅਤੇ ਹੁਣ ਸ਼ੀਤਲ ਅੰਗੁਰਾਲ ਦੇ ਉੱਤੇ ਐੱਫ ਆਈ ਆਰ ਦਰਜ ਕਰਵਾਉਣ ਦੀ ਗੱਲ ਕਰਦੇ ਪਏ, ਕਹਿੰਦਾ ਤੁਸੀਂ ਇੱਦਾਂ ਨਾ ਕਰੋ, ਆਪਣੀ ਪਾਵਰ ਦਾ ਦੁਰਉਪਯੋਗ ਨਾ ਕਰੋ, ਨਸ਼ਾ ਖਤਮ ਕਰੋ, ਅਤੇ ਜੇ ਭ੍ਰਿਸ਼ਟਾਚਾਰ ਦੀ ਤੁਹਾਨੂੰ ਕੋਈ ਗੱਲ ਦਿੰਦੇ ਹਨ ਦੱਸਦੇ ਆ ਨਾ ਵੀ ਕਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਅਤੇ ਕਿਹੜੇ ਕਿਹੜੇ ਲੋਕ ਭ੍ਰਿਸ਼ਟਾਚਾਰ ਕਰ ਰਹੇ ਹੈ, ਉਹਨਾਂ 'ਤੇ ਵੀ ਕਾਰਵਾਈ ਕਰੋ ਤੁਹਾਡੇ, ਅਤੇ ਆਪ ਮਲਵਿੰਦਰ ਕੰਗ ਜਿਹੜੇ ਪ੍ਰਵਕਤਾ ਨੇ ਤੁਹਾਡੇ, ਉਹਨਾਂ ਨੇ ਅਖਬਾਰ ਨੂੰ ਇੰਟਰਵਿਊ ਦਿੱਤਾ ਸੀ ਜਿਹੜੇ ਕਿ ਹੁਣੇ ਉਹਨੇ ਚੁਣੇ ਗਏ ਨੇ ਐਮ ਪੀ ਬਣੇ ਨੇ, ਕਹਿੰਦੇ ਵੀ ਸਾਨੂੰ ਜਿਹੜੀਆਂ 3 ਸੀਟਾਂ ਮਿਲੀਆਂ ਨੇ, ਮਿਲੀਆਂ 13 ਹੀ ਸੀ, ਅਫਸਰ ਸ਼ਾਹੀ ਨੇ ਕਿਤੇ ਸਾਡਾ ਬੇੜਾ ਗਰਕ ਕਰਤਾ, ਜੋ ਤੁਹਾਡੇ ਐਮ ਐਲ ਏ ਪੈਸੇ ਲੈਣਗੇ, ਦੇਖੋ ਇੱਥੋਂ ਵਾਲੇ ਐਮ ਐਲ ਏ ਸਾਹਿਬ ਕਹਿੰਦੇ ਵੀ ਰੇਟ ਪਹਿਲੇ ਜਿਹੜੀ ਚੀਜ਼ ਦਾ 1 ਲੱਖ ਸੀ, ਸਾਡਾ ਐਮ ਐਲ ਏ ਫੋਨ ਕਰਦਾ ਤਾਂ 5 ਲੱਖ ਹੋ ਜਾਂਦਾ, ਅਤੇ ਇਸ ਕਰਕੇ ਹੁਣ ਇਹ ਸਾਰੀਆਂ ਚੀਜ਼ਾਂ, ਹੁਣ ਲੋਕਾਂ ਨੂੰ ਤੁਸੀਂ ਬਹੁਤਾ ਦੇਰ ਮੁਫਤ ਜਿਹੜਾ ਮੁਫਤਖੋਰੀ ਦੇ ਨਾਲ ਉਲਝਾ ਨਹੀਂ ਸਕਦੇ, ਸ਼ਹਿਰ ਦੇ ਵਿੱਚ ਲਾ ਐਂਡ ਆਰਡਰ ਦਾ ਬੁਰਾ ਹਾਲ ਹੈ, ਪੰਜਾਬ ਦੇ ਵਿੱਚ ਗੈਂਗਸਟਰ ਕਿਸ ਤਰ੍ਹਾਂ ਅੰਦਰੋਂ ਬਹਿ ਕੇ ਸਾਰੀਆਂ ਫਰੌਤੀਆਂ ਦੀ ਗੱਲਾਂ ਕਰਦੇ ਨੇ ਹਰ ਰੋਜ਼, ਹਾਲਾਂਕਿ ਪੁਲਿਸ ਪਹਿਲੇ ਨਾਲੋਂ ਕਾਫੀ ਐਕਟਿਵ ਹੋਈ ਹੈ, ਇਹ ਨਹੀਂ ਪੁਲਿਸ ਨਸ਼ਾ ਨਹੀਂ ਫੜ ਰਹੀ, ਪਰ ਜੋ ਹੋਣਾ ਚਾਹੀਦਾ ਉਹ ਨਹੀਂ ਹੋ ਪਾ ਰਿਹਾ, ਨੌਜਵਾਨ ਜਿਹਨਾਂ ਦਾ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ, ਕੋਈ ਗਲੀ ਮੁਹੱਲਾ ਐਸਾ ਨਹੀਂ ਹੈ ਜਿੱਥੇ ਨਸ਼ਾ ਨਹੀਂ ਆ, ਉੱਥੋਂ ਦੇ ਨੌਜਵਾਨ ਬੱਚੇ ਬਾਹਰ ਹੀ ਭੇਜ ਦਿੰਦੇ ਆਪਣੇ ਮਾਂ ਪਿਓ, ਆਪੇ ਹੀ ਕਹਿੰਦੇ ਵੀ ਦਫਾ ਕਰੋ, ਇੱਥੇ ਤਾਂ ਕਹਿੰਦੇ ਸੁਣਵਾਈ ਕੋਈ ਨਹੀਂ ਹੋਣੀ, ਉਹ ਪੁਲਿਸ ਨੇ ਸੁਰੱਖਿਆ ਦੇਣੀ ਹੈ ਅਤੇ ਤੁਹਾਡਾ ਇੱਥੇ ਐਸ ਐਚ ਓ ਅਤੇ ਐਸ ਆਈ ਆਪਸ 'ਚ ਗਾਲੋਂ ਗਾਲ ਹੀ ਹੁੰਦੇ ਨੇ, ਆਡੀਓ ਵਾਇਰਲ ਹੁੰਦੀ ਹੈ, ਮੈਂ ਨਹੀਂ ਕਹਿ ਰਿਹਾ ਵੀ ਤੁਸੀਂ ਇੱਥੇ ਤਾਂ ਆਵਾ ਹੀ ਉੱਤੇ ਹੈ, ਅਤੇ ਤੁਸੀਂ ਕਹਿੰਦੇ ਹੋ ਵੀ ਮੈਂ ਕਹਿੰਦੇ ਵੀ ਪੰਜਾਬ ਨੂੰ ਅੱਗੇ ਲੈ ਕੇ ਜਾਊਂਗਾ, ਰੰਗਲਾ ਪੰਜਾਬ ਬਣਾਊਂਗਾ, ਰੰਗਲਾ ਪੰਜਾਬ ਇਸ ਤਰ੍ਹਾਂ ਕਿਸ ਤਰ੍ਹਾਂ ਬਣਿਆ, ਗੱਲਾਂ ਨਾਲ ਕੁਛ ਨਹੀਂ ਹੋਣਾ, ਗੱਲਾਂ ਦੇ ਕੜਾਹ ਤੁਸੀਂ ਬਣਾਈ ਜਾਂਦੇ ਹੋ, ਦੇਖੋ ਇਹਨਾਂ ਨੂੰ ਚੁਣਿਆ ਕਿਹੜੀ ਗੱਲੋਂ ਜਾਂਦਾ, ਕਾਲਜ ਲੀਡਰ ਇਸ ਕਰਕੇ ਚੁਣਿਆ ਜਾਂਦਾ ਵੀ ਨੌਜਵਾਨ ਜਿਹੜਾ
ਪੜ੍ਹ ਕੇ ਨਿਕਲਦਾ ਹੈ, ਉਹਦੇ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਨਗੇ, ਸਕਿੱਲ ਡਿਵੈਲਪਮੈਂਟ ਕਰਨਗੇ, ਅਤੇ ਸਕੂਲਾਂ 'ਚ ਬਿਹਤਰ ਪੜ੍ਹਾਈ ਹੋਊਗੀ ਜਿਹੜੀ ਹੈ, ਹੈਲਥ ਸਰਵਿਸਿਸ ਵਧੀਆ ਆਉਣਗੀਆਂ, ਪਰ ਇਹ ਕਰਨ ਕੀ ਲੱਗ ਜਾਂਦੇ? ਇਹ ਤਾਂ ਆਪਣੇ ਜਿਹੜੇ ਆਉਣ ਵਾਲੀਆਂ ਨਸਲਾਂ ਹੁੰਦੀਆਂ ਨਾ, 5-7 ਨਸਲਾਂ ਨਹੀਂ, ਉਹਨਾਂ ਲਈ ਮਾਲ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਕਰੋ, ਕਹਿੰਦੇ ਪੂਰਾ ਮਾਲ ਰੱਜ ਕੇ ਇਕੱਠਾ, ਕਹਿੰਦੇ ਮੌਕਾ ਹੀ ਲੱਗਾ ਸਾਨੂੰ ਤੇ ਇਹਨਾਂ ਨੇ ਕੀ ਪੰਜਾਬ ਦਾ ਭਲਾ ਕਰਨਾ? ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਬਦਲਾਵ ਲਈ ਸਰਕਾਰ ਨੂੰ ਚੁਣਿਆ ਸੀ, ਕਿਤੇ ਇਹ ਨਾ ਹੋਵੇ ਹੁਣ 2027 ਦੇ ਵਿੱਚ ਤੁਹਾਡਾ ਵੀ ਬਦਲ ਲੱਗ ਕੇ ਲੱਭਣ ਲੱਗ ਪੈਣ, 46% ਤੋਂ ਤੁਹਾਡੇ ਵੋਟ ਪਰਸੈਂਟੇਜ ਘੱਟ ਕੇ ਰਹਿ ਗਿਆ, ਤੁਸੀਂ 26% 'ਤੇ ਆ ਗਏ ਹੋ। ਦੇਖੋ ਕੁੰਵਰ ਵਿਜੇ ਪ੍ਰਤਾਪ ਹਮੇਸ਼ਾ ਕਹਿੰਦੇ ਨੇ, ਮੈਂ ਕਈ ਵਾਰੀ ਆਪਣੀ ਖਬਰ ਦੇ ਵਿੱਚ ਉਹਨਾਂ ਦੀ ਗੱਲ ਕੋਟ ਕਰਦਾ, ਕਹਿੰਦੇ ਸਰਕਾਰ ਬਦਲੀ ਸਿਸਟਮ ਹੋਈ, ਫਿਰ ਉਹ ਕਹਿੰਦੇ ਆ ਦੇਖੋ ਕਹਿੰਦੇ ਕਾਬਲ ਜਿਹੜੇ ਲੀਡਰ ਸੀ ਨਾ, ਇਹਨਾਂ ਨੇ ਇੱਕ ਇੱਕ ਵਾਰ ਕਰਕੇ ਸਾਰੇ ਸਾਈਡ ਲਾਈਨ ਪਾ ਦਿੱਤੇ, ਭਾਵੇਂ ਫਿਰ ਕੁਮਾਰ ਵਿਸ਼ਵਾਸ ਦਾ ਨਾਂ ਲੈਂਦੇ ਆ, ਫੁਲਕਾ ਸਾਹਿਬ ਦਾ ਨਾਂ ਲੈਂਦੇ ਆ, ਪ੍ਰਸ਼ਾਂਤ ਕਿਸ਼ੋਰ ਦਾ ਨਾਂ ਲੈਂਦੇ ਆ, ਕਹਿੰਦੇ ਐਡੇ ਐਡੇ ਕਾਬਲ ਬੰਦੇ, ਕਹਿੰਦੇ ਵੀ ਇਹੋ ਹੀ ਸਭ ਤੋਂ ਤਗੜੇ ਰਹਿ ਗਏ ਸਿਆਣੇ, ਕਹਿੰਦੇ ਉਹੀ ਕੇਜਰੀਵਾਲ ਸਾਹਿਬ ਆ, ਕਹਿੰਦੇ ਹੁਣ ਉਹਨਾਂ ਨੂੰ ਪਤਾ ਕਹਿੰਦੇ ਜੇਲ੍ਹ ਚਲੇ ਗਏ ਆ, ਉਹਨਾਂ ਨੂੰ ਜੇਲ੍ਹ ਭੇਜਦਾ ਗਿਆ, ਉਹਨਾਂ ਨੂੰ ਪਤਾ ਲੱਗਿਆ ਹੁਣ ਕੌਣ ਉਹਨਾਂ ਦੇ ਨਾਲ ਅਤੇ ਕੌਣ ਬਾਹਰ, ਮੈਂ ਕਹਿੰਦੇ ਉਹਨਾਂ ਦੇ ਨਾਲ ਖੜਾ, ਪਰ ਮੈਨੂੰ ਕਹਿੰਦੇ ਮਿਲਦੇ ਮਿਲਦੇ ਨਹੀਂ, ਅੰਮ੍ਰਿਤਸਰ ਵੀ ਆਏ ਸੀ ਤੇ ਮਿਲੇ ਨਹੀਂ ਸੀ, ਉਹ ਕੇਜਰੀਵਾਲ ਸਾਹਿਬ ਤੇ ਬਾਹਰ ਭੇਜਤਾ ਸੀ ਉਹਨਾਂ ਨੂੰ, ਨਾਰਾਜ਼ ਹੋ ਗਏ ਸੀ ਉਸ ਤੋਂ ਬਾਅਦ। ਬਿਲਕੁਲ ਸਰ। ਸਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਜੋ ਕਾਂਸਟੇਬਲ ਹੈ, ਕਿਹਾ ਜਾ ਰਿਹਾ ਕਿ ਉਹਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹਾਂ ਦੇਖੋ ਤੁਹਾਨੂੰ ਯਾਦ ਹੀ ਹੈ ਚੰਡੀਗੜ੍ਹ ਏਅਰਪੋਰਟ 'ਤੇ ਜਦੋਂ ਇਹ ਸਾਂਸਦ ਬਣੀ ਸੀ, ਨਵੀਂ ਨਵੀਂ ਮੰਡੀ ਤੋਂ ਜਿੱਤੀ ਹੈ ਕੰਗਨਾ ਰਣੌਤ, ਉਦੋਂ ਆਉਂਦੀ ਹੈ ਅਤੇ CISF ਦੀ ਜਵਾਨ ਕੁਲਵਿੰਦਰ ਕੌਰ ਹੈ ਉਹ ਪਟਾਕ ਛੱਡਦੀ ਹੈ, ਹੁਣ ਇਹ ਕਿਹਾ ਜਾ ਰਿਹਾ ਸੀ ਪਹਿਲੇ ਤਾਂ ਇਹਨੇ ਕਹਿ ਦਿੱਤਾ ਵੀ ਕਿਉਂ ਇਹਨੂੰ ਮਾਰਿਆ, ਅਤੇ ਜੋ ਬਾਅਦ 'ਚ ਖਬਰਾਂ ਸਾਹਮਣੇ ਆਈ ਸੀ ਕੰਗਨਾ ਰਣੌਤ ਨੇ ਵੀ ਉਹਨੂੰ ਉਕਸਾਇਆ ਸੀ, ਪ੍ਰਵੋਕ ਕੀਤਾ ਸੀ, ਅਤੇ ਹੁਣ ਇਹ ਖਬਰ ਆਈ ਸੀ ਕਿ ਉਹਦਾ ਜਿਹੜਾ ਟਰਾਂਸਫਰ ਹੈ ਨਾ ਉਹਨੂੰ ਬਹਾਲ ਤਾਂ ਕਰ ਦਿੱਤਾ ਗਿਆ ਅਤੇ ਨਾਲ ਦੀ ਨਾਲ ਟਰਾਂਸਫਰ ਕਰ ਦਿੱਤਾ ਬੈਂਗਲੌਰ ਦੇ ਵਿੱਚ, ਪਰ CISF ਦਾ ਬਿਆਨ ਸਾਹਮਣੇ ਆ ਗਿਆ, ਉਹ ਕਹਿੰਦੇ ਵੀ ਕੁਲਵਿੰਦਰ ਕੌਰ ਨੂੰ ਹਜੇ ਬਹਾਲ ਨਹੀਂ ਕੀਤਾ ਗਿਆ, ਹਜੇ ਉਹ ਸਸਪੈਂਡ ਹੀ ਹੈ ਅਤੇ ਉਹਦੀ ਜਿਹੜੀ ਹੈ ਡਿਪਾਰਟਮੈਂਟਲ ਇਨਕੁਆਇਰੀ ਚੱਲਦੀ ਪਈ ਹੈ। ਹੁਣ ਤੁਸੀਂ ਇਸ ਮਾਮਲੇ ਦੇ ਵਿੱਚ ਜਦੋਂ ਇਹਨੂੰ ਥੱਪੜ ਮਾਰਦੀ ਅਤੇ ਉਹਦੇ 'ਤੇ FIR ਵੀ ਹੋ ਜਾਂਦੀ ਹੈ, ਦੇਖੋ ਕੰਗਨਾ ਰਣੌਤ ਨੂੰ ਵੱਜੇ ਥੱਪੜ ਅਤੇ FIR ਹੋ ਜਾਵੇ, ਜਿੱਥੇ ਆਮ ਬੰਦੇ ਨੂੰ ਤਾਂ ਮਾਰ ਕੇ ਗਾਂਹ ਜਾਂਦੇ ਆ, ਅਤੇ FIR ਕਿੱਥੇ ਹੁੰਦੀ ਹੈ? ਕਿਸਾਨ ਸੰਗਠਨਾਂ ਨੇ ਵੀ ਇਹਦਾ ਉਦੋਂ ਵਿਰੋਧ ਕੀਤਾ ਸੀ, 6 ਜੂਨ ਦੀ ਇਹ ਘਟਨਾ ਜੇ ਜਦੋਂ ਇਹ ਕੁਲਵਿੰਦਰ ਕੌਰ ਥੱਪੜ ਮਾਰਦੀ ਉਹਨੂੰ, ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ ਉਦੋਂ ਕੰਗਨਾ ਰਣੌਤ, ਅਤੇ ਬਹਿਸ ਹੁੰਦੀ ਇਹਨਾਂ ਦੇ ਵਿੱਚ, ਅਤੇ ਵੀਡੀਓ ਵੀ ਸਾਹਮਣੇ ਆਇਆ ਸੀ ਉਦੋਂ ਕਿ ਜਦੋਂ ਕੰਗਨਾ ਨੇ ਕਿਹਾ ਸੀ 100-100 ਰੁਪਏ ਵਾਸਤੇ ਇਹ ਕਿਸਾਨ ਜਿਹੜੇ ਅੰਦੋਲਨ 'ਤੇ ਬੈਠੇ ਆ, ਕਹਿੰਦੇ ਵੀ ਉਹਦੇ ਕੁਲਵਿੰਦਰ ਕੌਰ ਦੀ ਮਾਂ ਵੀ ਉਸ ਅੰਦੋਲਨ 'ਚ ਬੈਠੀ ਸੀ, ਅਤੇ ਹੁਣ ਦੇਖੋ ਥੱਪੜ ਕਾਂਡ ਤੋਂ ਬਾਅਦ ਇਹਨੇ ਆਪਣਾ ਵੀਡੀਓ ਵੀ ਸ਼ੇਅਰ ਕੀਤਾ ਸੀ ਕੰਗਨਾ ਰਣੌਤ, ਕਿਹਾ ਸੀ ਮੈਂ ਸੇਫ ਹਾਂ ਚੰਡੀਗੜ੍ਹ, ਕਹਿੰਦੇ ਮੇਰੇ ਨਾਲ ਜੋ ਹੋਇਆ ਮੈਨੂੰ ਕਹਿੰਦੇ ਉਹਨੇ ਗਾਲਾਂ ਕੱਢੀਆਂ, ਇਹ ਕਿਸਾਨ ਸਪੋਰਟਰ ਆ, ਮੈਂ ਸੁਰੱਖਿਅਤ ਹਾਂ ਕਹਿੰਦੀ, ਪਰ ਪੰਜਾਬ ਦੇ ਵਿੱਚ ਵੱਧ ਰਹੇ ਉਗਰਵਾਦ ਅਤੇ ਅੱਤਵਾਦ ਨੂੰ ਲੈ ਕੇ ਮੈਂ ਚਿੰਤਿਤ ਹਾਂ ਵੀ ਇਹਨੂੰ ਕਿੱਦਾਂ ਹੈਂਡਲ ਕਰਨਾ ਪਏਗਾ, ਬਹੁਤ ਚਿੰਤਿਤ ਹੋ ਤੁਸੀਂ, ਠੀਕ ਹੈ। ਦੇਖੋ ਤੁਸੀਂ ਕਿਸੇ ਨੂੰ ਪ੍ਰੋਵੋਕ ਕਰੋਗੇ, ਦੇਖੋ ਹਰ ਬੰਦੇ ਦੀ ਸੈਲਫ ਰਿਸਪੈਕਟ ਹੈ, ਠੀਕ ਹੈ ਨਾ ਜੀ, ਤੁਸੀਂ ਉਹਨੂੰ ਕੁਛ ਕਿਹਾ ਹੋਣਾ, ਐਵੇਂ ਤਾਂ ਉਹਨੇ ਥੱਪੜ ਮਾਰਿਆ ਨੀ, ਆਪਣੀ ਗੱਲ ਤੁਸੀਂ ਕਰਦੇ ਨੀ, ਤੇ ਉਹ ਹਜੇ ਤੱਕ ਉਹ ਜਿਹੜੀ ਹੈ ਕਈ ਗੱਲਾਂ ਨਾ ਘੁੱਟ ਜਾਂਦੀਆਂ ਏਜੰਸੀਆਂ। ਚਲੋ ਹੁਣ ਦੇਖੋ ਅਜੇ ਫਿਲਹਾਲ ਤਾਂ ਹੈਗਾ, ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ, ਹੋਣਾ ਕੀ 323 ਦੀ ਧਾਰਾ ਲੱਗੀ, ਥੱਪੜ ਮਾਰਨਾ ਸਾਡੇ ਮੁਲਕ ਦੇ ਵਿੱਚ ਕੋਈ ਬਹੁਤ ਵੱਡੀ ਸਜ਼ਾ ਨਹੀਂ, ਇੱਥੇ ਤਾਂ ਐਸੇ ਲੀਡਰ ਨੇ ਜਿਹਨਾਂ ਦੇ ਮੂੰਹ 'ਤੇ ਜੁੱਤੀਆਂ ਵੀ ਵੱਜੀਆਂ, ਇੱਥੇ ਅਜੇ ਐਸੇ ਲੀਡਰ ਜਿਹੜੇ ਅੰਦਰ ਨੇ ਉਹਨਾਂ ਨੂੰ ਇੱਕ ਵਾਰੀ ਦਿੱਲੀ ਪਟਾਕ ਵੱਜੀ ਸੀ ਇੱਕ ਚਪੇੜ, ਉਸ ਤੋਂ ਬਾਅਦ ਉਹਨਾਂ ਨੇ ਮੂੰਹ ਦੇ ਉੱਤੇ ਲਾਉਣਾ ਵੀ ਸ਼ੁਰੂ ਕਰਤਾ ਸੀ। ਚਲੋ ਸਮਾਂ ਹੋ ਗਿਆ ਕਾਲਜ ਨਜ਼ਾਦ ਬਿਲਕੁਲ ਸਰ, ਜੇ ਤੁਹਾਨੂੰ ਸਾਡਾ ਸ਼ੋਅ ਅੱਛਾ ਲੱਗਿਆ ਹੈ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ, ਸਾਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।